ਅਸਰਤਾ ਦੁਖਣਾ ਆਮ ਜੀ ਗੱਲ ਆ ਕਿ ਦੂਜੇ ਦਿਨ ਸਰਦੌਖ ਦਾ ਇੱਕ ਅੱਧੀ ਗੋਲੀ ਲਈਦੀ ਆ ਠੀਕ ਹੋ ਜਾਂਦਾ ਟੈਂਪਰੇਰੀ ਤੌਰ ਤੇ ਟੈਂਪਰੇਰੀ ਦੁਖੀ ਜਾਂਦਾ ਇੱਕ ਲੋਕ ਮਾਈਗਰੇਨ ਕਹਿੰਦੇ ਆ ਪਰ ਉਹ ਵਿਚਾਰੇ ਨਾ ਤਾਂ ਅੰਦਰੋਂ ਨਿਕਲ ਸਕਦੇ ਆ ਦੋ ਤਿੰਨ ਦਿਨ ਇੰਨਾ ਬੁਰਾ ਹਾਲ ਹੁੰਦਾ ਕਈਆਂ ਨੂੰ ਜਾ ਕੇ ਹਸਪੀਟਲ ਟੀਕੇ ਲਵਾਉਣੇ ਪੈਂਦੇ ਆ ਉਹ ਕਿਸੇ ਦਾ ਸਿਰ ਦਰਦ ਆ ਪੰਜਾਬੀ ਚ ਪਹਿਲਾਂ ਭੂਲਣਗੇ ਵੀ ਘਾਰ ਕਹਿੰਦੇ ਜੀ ਉਹਨੂੰ ओके ਅੱਦੇ ਸਿਰ ਦਾ ਦਰਦ ਹੋਣਾ ਹਾਂ ਅੰਗਰੇਜ਼ੀ ਨੂੰ ਮਾਈਗਰੇਨ ਕਿ ਇਹ ਜੀ ਜੀ ਜਾਂ ਤਾਂ ਸੱਜੇ ਪਾਸੇ ਉੱਠੂਗਾ ਜਾਂ ਖੱਬੇ ਪਾਸੇ ਓਕੇ ਤੇ ਹੋਮੋਪੈਥੀ ਦੇ ਵਿੱਚ ਇਸ ਤਰ੍ਹਾਂ ਦੀਆਂ ਦਵਾਈਆਂ ਸਾਡੇ ਅਕੋਰਡਿੰਗ ਟੂ ਸਾਈਨ ਹੁੰਦੇ ਜੀ ਵੀ ਜੇ ਬੰਦੇ ਨੂੰ ਸੱਜੇ ਪਾਸੇ ਘਾਰ ਉੱਠੀ ਹੈ ਮਾਈਗਰੇਨ ਉੱਠੀ ਹੈ ਤਾਂ ਉਹਦੀ ਹੋਰ ਦਵਾਈ ਹੈ ਜੀ ਖੱਬੇ ਪਾਸੇ ਵਾਸਤੇ ਹੋਰ ਹੈ ਜੀ ਓਕੇ ਉਹਦੀ ਹਿਸਟਰੀ ਲਈਦੀ ਹੈ ਵੀ ਪਰਿਵਾਰਕ ਤੌਰ ਤੇ ਆਈ ਹੈ ਜਾਂ ਇਹਦੀ ਸੈਲਫੀ ਪ੍ਰੋਡਕਸ਼ਨ ਹੋਈ ਹੈ ਜੀ ਓਕੇ ਬਈ ਇਹਨੇ ਕੋਈ ਫੂਡ ਇਸ ਤਰ੍ਹਾਂ ਦਾ ਖਾਂਦਾ ਰਿਆਂ ਜਾਂ ਉਹ ਹਿਸਟਰੀ ਚੋਂ ਨਿਕਲ ਆਉਂਦਾ ਜੀ ਓਕੇ ਉਹ bari bari ਗੋਲੀਆਂ ਖਾਣ ਨਾਲ ਉਹਦੀ ਹਿਸਟਰੀ ਲੈ ਕੇ ਹੋਮੋਪੈਥੀ ਦੇ ਵਿੱਚ ਪਰਮਨੈਂਟ ਟਰੀਟਮੈਂਟ ਹੋ ਜਾਂਦਾ ਜੀ ਓਕੇ ਸਫਰ ਹੋ ਗਿਆ ਜੀ ਹਾਂ ਜਾਂ ਮੈਰਿਜ ਅਟੈਂਡ ਕਰ ਲਈ ਜਾਂ ਕਿਤੇ ਬੰਦਾ ਨੀਂਦਰਾ ਰਹਿ ਗਿਆ ਓਕੇ ਮਤਲਬ ਕੋਈ ਗਰੂ ਕਰੇ ਕੋਈ ਫੰਕਸ਼ਨ ਸੀ ਜਾਂ ਬੈਸੀ ਸੀ ਮਤਲਬ ਨਹੀਂ ਸੁੱਤਾ ਗਿਆ ਅਗਲੇ ਦਿਨ ਨੂੰ ਉਹ ਕਹਿੰਦੇ ਮੈਨੂੰ ਜਾਂ ਤਾਂ 3-4 ਘੰਟੇ ਇਕੱਲੇ ਨੂੰ ਛੱਡ ਦਿਓ ਮੈਂ ਤਾਂ ਸਿਰ ਬੰਨ ਕੇ ਪੈਣਾ ਤੁਸੀਂ ਆਪ ਦੇਖਿਆ ਕਈ ਬੰਦੇ ਰਮਾਲ ਨਹੀਂ ਰੱਖਦੇ ਜੀ ਸਿਰ ਘੁੱਟ ਕੇ ਬੰਨ ਲੈਂਦੇ ਨੇ ਉਹ ਟ੍ਰੀਟਮੈਂਟ ਨਹੀਂ ਹੈਗਾ ਜੀ ਇਹੇ ਜਿਹਾ ਫੂਡ ਖਾਓ ਜਿਵੇਂ ਮਤਲਬ ਮੈਂ ਦੱਸਣ ਲੱਗਾ ਸੀ ਕਿ ਬੋਇਲਡ ਰਾਈਸ ਖਾ ਲਓ ਜੀ ਹੂੰ ਹੂੰ ਬਿਨਾ ਸਪੈਸੀ ਮਤਲਬ ਉਹਦੇ ਚ ਸਬਜੀ ਮਿਲਾ ਕੇ ਖਾ ਲੈਣ ਓਕੇ ਮਤਲਬ ਜਿਹੜਾ ਈਜ਼ੀ ਡਾਈਜੈਸਟ ਹੋ ਜੇ ਓਕੇ 2-3 ਹਫਤੇ ਜਾਂ 6 ਹਫਤੇ ਮਤਲਬ ਕਣਕ ਤੋਂ ਬਣੀ ਰੋਟੀ ਨਾ ਖਾਣ ਜੀ ਜਿਹੜੀ ਆਟਾ ਕੋਈ ਨਾ ਖਾਣ ਓਕੇ ਤੇ ਉਹ ਦਿਨ ਉਹਨੂੰ ਰਾਹਤ ਮਿਲੂ ਛੇਤੀ ਇਸ ਬਿਮਾਰੀ ਤੋਂ ਛੁਟਕਾਰਾ ਪੈ ਜਾਊਗਾ ਜੀ ਇਸ ਵਾਸਤੇ ਮੈਂ ਫੂਡ ਦੱਸ ਰਿਹਾ ਸੀ ਉਹਨਾਂ ਓਕੇ ਵਕਤ ਫੋਯੂ ਦੇ ਹੈਲਥ ਰੂਟ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਨੂੰ ਸਵਾਗਤ ਕਰਦੇ ਆ ਨਾ ਮਲਕੀ ਸਿੰਘ ਜੀ ਤੁਹਾਡਾ ਵੀ। ਥੈਂਕ ਯੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਡਾਕਟਰ ਸਾਹਿਬ ਸਿਰਦਾ ਦੁਖਣਾ ਆਮ ਜੀ ਗੱਲ ਆ ਕਿ ਦੂਜੇ ਦਿਨ ਸਿਰ ਦੁਖਦਾ ਇੱਕ ਅੱਧੀ ਗੋਲੀ ਲਈਦੀ ਆ ਠੀਕ ਹੋ ਜਾਂਦਾ ਟੈਂਪਰੇਰੀ ਤੌਰ ਤੇ ਟੈਂਪਰੇਰੀ ਦੁਖੀ ਜਾਂਦਾ ਇੱਕ ਲੋਕ ਮਾਈਗਰੇਨ ਕਹਿੰਦੇ ਆ ਪਰ ਉਹ ਵਿਚਾਰੇ ਨਾ ਤਾਂ ਅੰਦਰੋਂ ਨਿਕਲ ਸਕਦੇ ਆ ਦੋ ਤਿੰਨ ਦਿਨ ਇੰਨਾ ਬੁਰਾ ਹਾਲ ਹੁੰਦਾ ਕਈਆਂ ਨੂੰ ਜਾ ਕੇ ਹਸਪੀਟਲ ਟੀਕੇ ਲਵਾਉਣੇ ਪੈਂਦੇ ਆ ਉਹ ਕਿਹੜਾ ਸਿਰ ਦਰਦ ਆ? ਪੰਜਾਬੀ ਚ ਪਹਿਲਾਂ ਬੋਲਣਗੇ ਵੀ ਘਾਰ ਕਹਿੰਦੇ ਜੀ ਉਹਨੂੰ ਓਕੇ ਅੱਧੇ ਸਿਰ ਦਾ ਦਰਦ ਹੋਣਾ ਹਾਂ ਅੰਗਰੇਜ਼ੀ ਨੂੰ ਮਾਈਗਰੇਨ ਕਹਿੰਦੇ ਮਾਈਗਰੇਨ ਓਕੇ ਠੀਕ ਆ ਇਹ ਜੀ ਜਾਂ ਤਾਂ ਸੱਜਾ ਪਾਸੇ ਉੱਠੂਗਾ ਜਾਂ ਖੱਬਾ ਪਾਸੇ ਓਕੇ ਤੇ ਹੋਮੋਪੈਥੀ ਦੇ ਵਿੱਚ ਇਸ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਸਾਡੇ ਅਕੋਰਡਿੰਗ ਟੂ ਸਾਈਨ ਹੁੰਦੀ ਹੈ ਜੀ ਵੀ ਜੇ ਬੰਦੇ ਨੂੰ ਸੱਜੇ ਪਾਸੇ ਘਾਰ ਉੱਠੀ ਹੈ ਮਾਈਗਰੇਨ ਉੱਠੀ ਹੈ ਤਾਂ ਉਹਦੀ ਹੋਰ ਦਵਾਈ ਹੈ ਜੀ ਖੱਬੇ ਪਾਸੇ ਵਾਸਤੇ ਹੋਰ ਹੈ ਜੀ ਓਕੇ ਤੈਸ ਕਰਕੇ ਮਤਲਬ ਜਦੋਂ ਉਹਦੀ ਹਿਸਟਰੀ ਲਈਦੀ ਹੈ ਵੀ ਪਰਿਵਾਰਕ ਤੌਰ ਤੇ ਆਈ ਹੈ ਜਾਂ ਇਹਦੀ ਸੈਲਫੀ ਪ੍ਰੋਡਕਸ਼ਨ ਹੋਈ ਹੈ ਜੀ ਓਕੇ ਵੀ ਇਹਨੇ ਕੋਈ ਫੂਡ ਇਸ ਤਰ੍ਹਾਂ ਦਾ ਖਾਂਦਾ ਰਿਹਾ ਜਾਂ ਉਹ ਹਿਸਟਰੀ ਚੋਂ ਨਿਕਲ ਆਉਂਦਾ ਜੀ ਓਕੇ ਉਹ bari bari ਗੋਲੀਆਂ ਖਾਣ ਨਾਲ ਉਹਦੀ ਹਿਸਟਰੀ ਲੈ ਕੇ ਹੋਮੋਪੈਥੀ ਦੇ ਵਿੱਚ ਪਰਮਨੈਂਟ ਟਰੀਟਮੈਂਟ ਹੋ ਜਾਂਦਾ ਜੀ ਓਕੇ ਵੀ ਇਨ ਫਿਊਚਰ ਉਹਨੂੰ ਕਦੇ ਵੀ ਆਮ ਕੀ ਜਦੋਂ ਇਹ ਪ੍ਰੋਬਲਮ ਆਉਂਦੀਆਂ ਜੀ ਜਿਵੇਂ ਤੁਸੀਂ ਪਹਿਲਾਂ ਦੱਸੇ ਸੀਗਾ ਕਿ ਮੈਂ ਥੋੜਾ ਜਿਹਾ ਹੋਰ ਸਰਵੇਖਣ ਕਰਦੇ ਆ ਇਸਦਾ ਕਿ ਵਿਸਥਾਰ ਚ ਦੱਸਦੇ ਆ ਹਮਮ ਕਿ ਜੇ ਕੋਈ ਬੰਦਾ ਸਫਰ ਕਰਦਾ ਜੀ ਹੂੰ ਹੂੰ 20 ਜਾਂ 30 ਕਿਲੋਮੀਟਰ ਤੋਂ ਬਾਅਦ ਉਹਦਾ ਅਟੈਕ ਸ਼ੁਰੂ ਹੋ ਜਾਂਦਾ ਕੁਝ ਪਰਸਨ ਨੂੰ ਸਾਰਿਆਂ ਨੂੰ ਨਹੀਂ ਹੁੰਦਾ ਅੱਛਾ ਸਫਰ ਦੇ ਵਿੱਚ ਕੀ ਹੁੰਦਾ ਸਫਰ ਦੇ ਵਿੱਚ ਪੱਕਾ ਘਾਰ ਉੱਠਣੀ ਉੱਠਣੀ ਜੀ ਸਿਰ ਦਰਦ ਓਕੇ ਹੋਰ ਦੂਜਾ ਉਹ ਤੋਂ ਬਾਅਦ ਜੇ ਕੋਈ ਮੈਰਿਜ ਅਟੈਂਡ ਕਰ ਲਈ ਕੋਈ ਫੰਕਸ਼ਨ ਮੈਰਿਜ ਤਾਂ ਤਾਂ ਬਹੁਤਿਆਂ ਦਾ ਬਹੁਤਿਆਂ ਦਾ ਦੁੱਖਦਾ ਹਨਾ ਓਕੇ ਉੱਥੇ ਮਿਊਜ਼ਿਕ ਵੱਜਦਾ ਉਹ ਨਹੀਂ ਚੱਲਿਆ ਜਾਂਦਾ ਜੀ ਓਕੇ ਖਾਣਾ ਭਾਰਾ ਖਾਣਾ ਰਿਚ ਫੂਡ ਖਾਧਾ ਗਿਆ ਉਹ ਨਹੀਂ ਚੱਲਿਆ ਉਹਦੇ ਨਾਲ ਵੀ ਉਹਨਾਂ ਨੂੰ ਅਟੈਕ ਹੋਣੇ ਹੁੰਣਾ ਓਕੇ ਠੀਕ ਹੈ ਜੀ ਸਫਰ ਹੋ ਗਿਆ ਜੀ ਜਾਂ ਮੈਰਿਜ اٹینڈ ਕਰ ਲਈ ਜਾਂ ਕਿਤੇ ਬੰਦਾ ਨੀਂਦਰਾ ਰਹਿ ਗਿਆ ਓਕੇ ਮਤਲਬ ਸਪੋਜ ਕਰੋ ਘਰੇ ਕੋਈ ਫੰਕਸ਼ਨ ਸੀ ਜਾਂ ਵੈਸੀ ਮਤਲਬ ਨਹੀਂ ਸੁੱਤਾ ਗਿਆ ਅਗਲੇ ਦਿਨ ਨੂੰ ਉਹ ਕਹਿੰਦੇ ਮੈਨੂੰ ਜਾਂ ਤਾਂ 3-4 ਘੰਟੇ ਇਕੱਲੇ ਨੂੰ ਛੱਡ ਦਿਓ ਮੈਂ ਤਾਂ ਸਿਰ ਬੰਨ ਕੇ ਪੈਣਾ ਤੁਸੀਂ ਆਪ ਦੇਖਿਆ ਕਈ ਬੰਦੇ ਰਮਾਲ ਨਹੀਂ ਰੱਖਦੇ ਜੀ ਸਿਰ ਘੁੱਟ ਕੇ ਬੰਨ ਲੈਂਦੇ ਆ ਉਹ ਟ੍ਰੀਟਮੈਂਟ ਨਹੀਂ ਹੈਗਾ ਜੀ ਤੇ ਇਸ ਕਰਕੇ ਮਤਲਬ ਉਹ ਚੀਜ਼ ਤੋਂ ਰਾਹਤ ਕਰਾਉਣ ਵਾਸਤੇ ਵੀ ਸਿਰੰ ਵੀ ਨਾ ਬੰਨਣਾ ਪਵੇ ਭਵੇਂ ਫੰਕਸ਼ਨ ਟ੍ਰੈਂਡ ਕਰੋ ਭਵੇਂ ਕੋਈ 뮤직 ਸੁਣੋ ਉਹਨਾਂ ਦੇ ਸਿਰਦਰਦ ਨਾ ਉঠে ਈ ਘਾਰ ਨਾ ਉঠে ਓਕੇ ਤੇ ਉਹ ਹਮੇਸ਼ਾ ਹਮੇਸ਼ਾ ਵਾਸਤੇ ਹੋਮੋਪੈਥੀ ਦੀਆਂ ਦਵਾਈਆਂ ਨਾਲ ਮਤਲਬ ਉਹਦੇ ਤੋਂ ਰਾਹਤ ਮਿਲ ਜਾਂਦੀ ਹੈ ਪਰਮਨੈਂਟ ਪਰਮਨੈਂਟ ਰਾਹਤ ਇਨ ਫਿਊਚਰ ਉਹਨਾਂ ਨੂੰ ਇਹ ਨਹੀਂ ਕਿ ਗੋਲੀ ਖਾ ਕੇ ਗੱਡੀ 'ਚ ਬੈਠਣਾ ਉੱਚਿਤ ਰਹਾ ਤੁਹਾਨੂੰ ਜਿੰਨੇ ਸਾਡੇ ਵੀ ਹੁੰਦੀਆਂ ਕਿ ਵੀ ਦਵਾਈ ਤੁਸੀਂ ਖਾ ਲਓ ਪੰਜ-ਪੰਜ ਮਿੰਟਾਂ ਦਾ ਦੋ ਖਰਾਕਾਂ ਲੈ ਲਓ ਜੀ ਓਕੇ ਸਿਰਦਰਦ ਨਹੀਂ ਹੋ ਘਾਰ ਨਹੀਂ ਉਠੋ ਉਠ ਵੀ ਖੜਦੀ ਆ ਫੇਰ ਵੀ ਉਹਨੂੰ ਟਿਕਾਉਣ ਵਾਸਤੇ ਨਾਲ ਦੀ ਨਾਲ ਬਿਨਾ ਟੀਕੇ ਤੋਂ ਓਕੇ ਗੋਲ ਨਾ ਖਾ ਕੇ ਠੀਕ ਹੋ ਜਾਂਦਾ ਜੀ ਠੀਕ ਆ ਤੇ ਇੱਕ ਗੱਲ ਜੀ ਮੈਂ ਥੋੜਾ ਜਿਹਾ ਆਪਦੇ ਸਰੋਤਿਆਂ ਵਾਸਤੇ ਆਪਣੇ ਵਾਸਤੇ ਦੱਸ ਦਿਆਂ ਕਿ ਵੀ ਜੇ ਤੁਸੀਂ ਥੋੜਾ ਜਿਹਾ ਫੂਡ ਨੂੰ ਹਲਕਾ ਰੱਖ ਲਓ ਹੂੰ ਹੂੰ ਫੂਡ ਕੇ ਮੈਂ ਹਲਕਾ ਕਰੀਏ ਬੜਾ ਜੱਬ ਖਾਣਾ ਹਾਂਜੀ ਜਿਵੇਂ ਤੁਸੀਂ ਸਫਰ ਕਰਨਾ ਜੀ ਉਹ ਤਾਂ ਮਤਲਬ ਦੱਸਣਾ ਜੀ ਪਬਲਿਕ ਨੂੰ ਕਿ ਵੀ ਜੇ ਤੁਸੀਂ ਇਸ ਚੀਜ਼ ਸਫਰਿੰਗ ਕਰਦੇ ਹੋ ਹੂੰ ਹੂੰ ਪੇਟ ਨੂੰ ਖਾਲੀ ਪੇਟ ਵੀ ਨਾ ਰੱਖੋ ਐਮਪਟੀ ਸਟੋਮੇਟ ਹਾਂ ਮੈਂ ਕਹਿੰਦਾ ਯਾਰ ਉਹਦੇ ਨਾਲ ਜ਼ਿਆਦਾ ਹੁੰਦਾ ਹੈ ਜ਼ਿਆਦਾ ਹੁੰਦਾ ਉਹ ਕਹਿੰਦੇ ਤੁਸੀਂ ਭੁੱਖੇ ਖਾਂਦਾ ਨਹੀਂ ਤੇ ਸਾਨੂੰ ਗੈਸ ਬਣਨ ਲੱਗਦੀ ਹਾਂਜੀ ਜ਼ਿਆਦਾ ਤਜਾਬ ਬਣ ਜਾਂਦੇ ਜੀ ਉਹਦੇ ਨਾਲ ਫਿਰ ਫਿਰ ਅਟੈਕ ਹੋ ਜਾਂਦਾ ਹੂੰ ਹੂੰ ਇਹੋ ਜਿਹਾ ਫੂਡ ਖਾਓ ਜਿਵੇਂ ਮਤਲਬ ਮੈਂ ਦੱਸਣ ਲੱਗਾ ਸੀ ਕਿ ਬੋਇਲਡ ਰਾਈਸ ਖਾ ਲਓ ਜੀ ਹੂੰ ਹੂੰ ਬਿਨਾ ਸਪੈਸੀ ਮਤਲਬ ਉਹਦੇ ਚ ਸਬਜੀ ਮਿਲਾ ਕੇ ਖਾ ਲੈਣ ਓਕੇ ਮਤਲਬ ਜਿਹੜਾ ਈਜ਼ੀ ਡਾਈਜੈਸਟ ਹੋ ਜਾਏ ਓਕੇ 2-3 ਹਫ਼ਤੇ ਜਾਂ 6 ਹਫ਼ਤੇ ਮਤਲਬ ਕਣਕ ਤੋਂ ਬਣੀ ਰੋਟੀ ਨਾ ਖਾਣ ਜੀ ਜਿਹੜੀ ਆਟਾ ਕੋਈ ਨਾ ਖਾਣ ਜੀ ਓਕੇ ਤੇਜਸ ਬੋਇਲ ਰਾਈਸ ਸਬਜੀ ਬੜਾ ਚਾਹ ਹੈ ਮੈਨੂੰ ਇਹ ਕਿਸੇ ਦਿਨ ਵਿਸ਼ਾ ਰੱਖਾਂਗੇ ਜੀ ਆਟੇ ਨੂੰ ਬੜਾ ਰੋਕਿਆ ਜਾਂਦਾ ਪਰ ਜਦੋਂ ਇੰਡੀਆ ਚ ਹੁੰਦੇ ਸੀ ਹੁਣ ਤੱਕ ਜੰਮੇ ਆ ਰੋਟੀਆਂ ਹੀ ਖਾਂਦੇ ਸੀ ਆਟੇ ਦੀਆਂ ਸਾਰੀ ਦੁਨੀਆ ਰੋਟੀਆਂ ਹੀ ਖਾਂਦੀ ਆ ਬਿਲਕੁਲ ਤੁਹਾਡੀ ਗੱਲ ਟਰੂ ਹੈ ਜੀ ਰੋਟੀਆਂ ਇੱਥੇ ਵੀ ਜੇ ਤੁਸੀਂ ਕਹੋ ਕਿ ਰੋਟੀਆਂ ਨਹੀਂ ਖਾਂਦੇ ਤੇ ਗੋਰੇ ਉਹ ਬਰੈਡ ਖਾਂਦੇ ਉਹ ਵੀ ਤਾਂ ਰੋਟੀ ਆ ਆਪਾਂ ਇਹੇ ਵਿਸਤਾਰ ਚ ਕੀ ਦਿਨ ਗੱਲ ਕਰਾਂਗੇ ਓਕੇ ਠੀਕ ਆ ਆਪਾਂ ਜਦੋਂ 7 ਤੋਂ 7:30 ਸਾਡਾ ਪ੍ਰੋਗਰਾਮ ਲਾਈਵ ਆਉਂਦਾ ਹਾਂ ਉਦੋਂ ਉਹਦੇ ਚ ਸਾਰਾ ਵਿਸਤਾਰ ਚ ਗੱਲ ਕਰਾਂਗੇ ਬਿਲਕੁਲ ਜੀ ਠੀਕ ਆ ਪਰ ਇਹ ਜਿਹੜਾ ਹੈਗਾ ਵੀ ਉਹ ਉਹਦਾ ਲੰਬਾ ਚੱਲਿਆ ਜੂ ਬੇਸ਼ੱਕ ਹਾਂ ਮਤਲਬ ਮੇਰੇ ਕਹਿਣ ਦਾ ਮਤ ਤੇ ਉਹਦੇ ਨਾਲ ਉਹਨੂੰ ਰਾਹਤ ਮਿਲੂ ਛੇਤੀ ਇਸ ਬਿਮਾਰੀ ਤੋਂ ਛੁਟਕਾਰਾ ਪੈਜੂਗਾ ਜੀ ਇਸ ਵਾਸਤੇ ਮੈਂ ਫੂਡ ਦੱਸ ਰਿਹਾ ਸੀ ਉਹਨਾਂ ਪੇਸ਼ੈਂਟਾਂ ਵਾਸਤੇ ਸਾਰਿਆਂ ਤੇ ਨਹੀਂ ਅਪਲਾਈ ਹੁੰਦਾ ਜੀ ਓਕੇ ਸਾਰਿਆਂ ਤੇ ਨਹੀਂ ਹਾਂਜੀ ਕੁਝ ਹਾਂ ਜਿਹੜੇ ਜਿਹੜੇ ਸਫਰਿੰਗ ਕਰਦੇ ਜੇ ਦੁੱਧ ਵਗੈਰਾ ਦੁੱਧ ਪਹਿਲੇ ਟਾਈਮ ਪੀ ਲੈਣ ਸ਼ਾਮ ਨੂੰ ਦੁੱਧ ਨਾ ਪੀਣ ਜੀ ਓਕੇ ਯਾਨੀ ਮਤਲਬ ਉਹ ਤਾਂ ਜੇ ਹੁਣ ਘਿਓ ਤੇ ਦੁੱਧ ਦੋਨੇ ਮਿਲਾ ਕੇ ਪੀ ਲੇ ਉਹ ਹਜਮ ਹੀ ਨਹੀਂ ਹੋਣਾ ਜੀ ਫੇਰ ਘਰ ਉੱਠੂਗੀ ਓਕੇ ਹੈਨਾ ਜੀ ਫਰੂਟਸ ਹੋਗੇ ਜੀ ਹਮ ਸਬਜ਼ੀਆਂ ਹੋਗੀਆਂ ਓਕੇ ਬੋਇਲ ਰਾਈਸ ਦੋਨੇ ਤਰ੍ਹਾਂ ਦੇ ਕਈ ਸਵਾਲ ਉੱਠਦਾ ਕਿ ਵਾਈਟ ਬਰਾਊਨ ਦੋਨੇ ਤਰ੍ਹਾਂ ਦੇ ਰਾਈਸ ਕਿਉਂ ਉਹਦੀ ਪਿਛ ਕੱਢੀ ਹੋਵੇ ਹਾਂਜੀ ਕਿਉਂ ਤੂੰ ਬੇਟਾ ਜੀ ਮਤਲਬ ਕੋਈ ਈਜੀ ਡਾਈਜੈਸਟ ਹੋਣਗੇ ਜੀ ਦੂਸਰੀ ਗੱਲੇ ਵੀ ਖਿਚੜੀ ਬਣਾ ਕੇ ਖਾ ਲੈਣ ਹਾਂਜੀ ਮਤਲਬ ਜਿਹੜੀ ਆ ਕਹਿਣ ਤੋਂ ਭਾਵ ਪੇਸ਼ੈਂਟ ਨੂੰ ਤਕਲੀਫ ਤੋਂ ਬਾਹਰ ਕੱਢਣਾ ਜੀ ਸੋ ਜਦੋਂ ਵੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਮਾਈਗਰੇਨ ਪੇਨ ਹੁੰਦੀ ਹੈ ਆਪਣਾ ਫੂਡ ਦਾ ਉਹਨੂੰ ਹਲਕਾ ਕਰ ਦਿਓ ਫੂਡ ਨੂੰ ਘੱਟ ਕਰ ਦਿਓ ਪਰ ਚਾਹ ਜਿਹੜੀ ਹੈ ਕਿ ਤੇ ਚਾਹ ਬਹੁਤ ਵਧਾ ਦਿੰਦੇ ਆ ਉਹ ਵੀ ਫਿਰ ਚਾਹ ਨਾ ਐਸਿਡ ਬਣੂਗਾ ਜੀ ਮਾਈਗਰੇਨ ਨੂੰ ਸੋ ਚਾਹ ਦੀ ਜਗ੍ਹਾ ਆ ਤੁਸੀਂ ਕੀ ਪੀ ਸਕਦੇ ਹੋ ਬਲੈਕ ਕਾਫੀ ਪੀ ਸਕਦੇ ਹੋ ਹਾਂ ਬਲੈਕ ਕਾਫੀ ਪੀ ਸਕਦੇ ਹੋ ਚਾਹ ਦੀ ਜਗ੍ਹਾ ਬਲੈਕ ਕਾਫੀ ਪੀ ਸਕਦੇ ਹੋ ਸੋ ਹੋਰ ਜਾਣਕਾਰੀ ਲੈਣੀ ਹੈ ਜਾਂ ਦਵਾਈ ਲੈਣੀ ਹੈ ਮਾਈਗਰੇਨ ਦੀ ਤੁਹਾਨੂੰ ਲੱਗਦਾ ਹੈ ਕਿ ਬਹੁਤ ਬੁਰੀ ਤਰ੍ਹਾਂ ਵਾ ਤੇ ਵੈਸੇ ਵੀ ਘਰੇ ਲੁੱਟੇ ਪਛੀ ਤੁਹਾਨੂੰ ਕੋਈ ਨਾ ਕੋਈ ਮਾਈਗਰੇਨ ਦਾ ਵੀ ਦਿੰਦੇ ਰਹਿੰਦੇ ਆ ਪਰ ਉਹਦੇ ਨਾਲ ਨਾਲ ਜੇ ਹੋਮੋਪੈਥੀ ਦਵਾਈ ਲੈ ਲਓ ਤੇ ਸੋਨੇ ਤੇ ਸੁਹਾਗੇ ਦੀ ਗੱਲ ਹੋ ਜੂਗੀ ਬਾਅਦ ਚ ਘਰੇ ਲੁੱਟੇ ਪਕੇ ਚਲੇਓ ਫਿਰ ਪਹਿਲਾਂ ਤੁਸੀਂ ਕੋਈ ਦਵਾਈ ਲੈ ਕੇ ਆਪਣੇ ਆਪ ਨੂੰ ਠੀਕ ਕਰ ਲਓ ਥੈਂਕ ਯੂ ਡਾਕਟਰ ਸਾਹਿਬ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਸਤਿ ਸ੍ਰੀ ਅਕਾਲ